ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਆਪਸਾ ਦਾ ਸਵਾਲ ਕੀਤਾ ਜਾਂਦਾ ਹੈ ਤੁਹਾਡੇ ਆਪਣੀ YouTube ਚੈਨਲ ਪੰਜਾਬੀ ਕਲਾਸ ਸਟੱਡੀ ਵਿੱਚ ਜਿਸ ਤੁਹਾਨੂੰ ਪਤਾ ਹੀ ਹੈ ਤੁਹਾਡੀਆਂ ਫਾਈਨਲ ਪ੍ਰੀਖਿਆਵਾਂ ਚੱਲ ਰਹੀਆਂ ਹਨ ਤਾਂ ਲੱਗਦਾ ਤੁਹਾਡੇ ਤੁਹਾਡੀ ਪੇਪਰਾਂ ਦੀ ਤਿਆਰੀ ਕਰਾਉਂਦੇ ਰਹਿਣੇ ਆਪਾਂ ਤਾਂ ਅੱਜ ਇਸ ਵੀਡੀਓ 'ਤੇ ਤੁਹਾਡਾ ਸ਼ੇਅਰ ਕਰਨ ਲੱਗੇ ਕਲਾਸ 7ਵੀਂ ਦੀ ਸਵਾਗਤ ਜਿੰਦਗੀ ਜਾਣੀ ਕੀ ਵੈਲਕਮ ਲਾਈਫ ਦਾ ਵੈਰੀ ਵੈਰੀ ਇੰਪੋਰਟੈਂਟ ਪੇਪਰ ਠੀਕ ਹੈ ਸਟੂਡੈਂਟਸ ਜਿਹੜੇ ਤੁਹਾਨੂੰ ਇਸ ਵੀਡੀਓ ਵਿੱਚ ਪੇਪਰ ਮਿਲਣ ਲੱਗੇ ਤੁਹਾਨੂੰ ਆਪਣੀ ਚੈਨਲ ਤੇ ਮਿਲੂਗਾ ਤੇ ਹੋਰ ਤੁਹਾਨੂੰ ਕਿਤੇ ਵੀ ਨਹੀਂ ਮਿਲਣ ਲੱਗੇ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈ ਬਰੀਫਲੀ ਤੁਹਾਨੂੰ ਦੱਸਿਆ ਜਾਊਗਾ ਕਿ ਕਿਉਂ ਇਸ ਦਾ ਇਹ ਆਨਸਰ ਆਇਆ ਤਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਜੇਕਰ ਹਜੇ ਤੱਕ ਤੁਸੀਂ ਨੇ ਆਪਣੇ ਪੇਪਰਾਂ ਦੀ ਤਿਆਰੀ ਨਹੀਂ ਕੀਤੀ ਅਤੇ ਤੁਸੀਂ ਕੋਈ ਬੁੱਕ ਨਹੀਂ ਪੜ੍ਹੇ ਨਾ ਕੋਈ ਤੁਸੀਂ ਆਪਣਾ ਚੈਪਟਰ ਪੜ੍ਹਿਆਗਾ ਸੋ ਸਵਾਗਤ ਜਿੰਦਗੀ ਦਾ ਤਾਂ ਤੁਹਾਡੇ ਲਈ ਇਹ ਵੀਡੀਓ ਬੈਰੀ ਬੈਰੀ ਹੈਲਪਫੁਲ ਹੋਣ ਵਾਲੀ ਹੈ ਤੁਹਾਡੇ ਜੇਕਰ ਤੁਸੀਂ ਇਸ ਵੀਡੀਓ ਨੂੰ ਵੀ ਆਪਣੇ ਟਾਈਮ ਵਿੱਚੋਂ ਟਾਈਮ ਕੱਢ ਕੇ ਵੀ ਦੇਖ ਕੇ ਜਾਉਂਗੇ ਤਾਂ ਤੁਹਾਡੇ ਫਾਇਦਾਗਾ ਠੀਕ ਹੈ ਸਟੂਡੈਂਟਸ ਤੁਹਾਡੇ ਪੇਪਰ ਵਿੱਚੋਂ 100% ਮਾਰਕਸ ਹੋਣਗੇ ਜੇਕਰ ਤੁਸੀਂ ਇਹ ਵੀਡੀਓ ਦੇਖ ਕੇ ਜਾਉਂਗੇ ਠੀਕ ਹੈ ਸਟੂਡੈਂਟਸ ਤੁਹਾਡੇ ਲਈ ਇਹ ਬੈਰੀ ਬੈਰੀ ਇੰਪੋਰਟੈਂਟ ਪੇਪਰ ਆ ਠੀਕ ਹੈ ਇੰਪੋਰਟੈਂਟ ਪੇਪਰ ਦਾ ਮਤਲਬ ਇਹ ਹੁੰਦਾ ਕਿ ਜਿਹੜੇ ਕਨਸੈਪਟ ਨੇਗੇ ਜਿਆਦਾ ਇੰਪੋਰਟੈਂਟ ਨੇ ਉਹੀ ਹੋਈ ਪੇਪਰ ਪਾਈਏ ਟੀਚਰ ਨੂੰ ਵੀ ਹੀ ਹੁੰਦਾ ਸਕੂਲ ਵਿੱਚ ਅਤੇ ਅਸੀਂ ਵੀ ਇਸ ਤਰ੍ਹਾਂ ਹੀ ਪੇਪਰ ਪਾਉਣੇ ਹੈਗੇ ਇੰਪੋਰਟੈਂਟ ਇੰਪੋਰਟੈਂਟ ਠੀਕ ਹੈ ਤਾਂ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਬਸਕ੍ਰਾਈਬ ਕਰਨੇ ਤੁਹਾਡਾ ਕੁਝ ਨਹੀਂ ਜਾਂਦਾ ਸਿਰਫ ਤੁਸੀਂ ਨੇ ਸਬਸਕ੍ਰਾਈਬ ਦਾ ਬਟਨ ਹੀ ਦਬਣਾ ਹੈ ਠੀਕ ਹੈ ਜੀ ਉਸ ਦੇ ਨਾਲ ਕੀ ਹੁੰਦਾ ਕਿ ਜਦੋਂ ਵੀ ਆਪਾਂ ਕੋਈ ਨਵੀਂ ਵੀਡੀਓ ਪਾਈਏ ਤੁਹਾਡੇ ਤੱਕ ਪਹੁੰਚ ਜਾਵੇ ਇਸ ਤਰ੍ਹਾਂ ਤੁਹਾਨੂੰ ਆਪਾਂ ਅੱਗੇ ਵੀ ਤਿਆਰੀ ਕਰਵਾਉਂਦੇ ਰਹਾਂਗੇ ਅਤੇ ਤੁਹਾਡੀ ਹੁਣ ਵੀ ਤਿਆਰੀ ਕਰਵਾ ਠੀਕ ਹੈ ਸਭ ਤੋਂ ਪਹਿਲਾਂ ਤੁਹਾਨੂੰ ਆਉਣਗੇ 15 ਕਵਿਸ਼ਨ ਆਉਣਗੇ ਜਾਨਕੀ ਛੋਟੇ ਕਵਿਸ਼ਨ ਆਉਣਗੇ ਜਿੰਨਾਂ ਵਿੱਚ ਤੁਹਾਨੂੰ ਖਾਲੀ ਥਾਵਾਂ ਬਹੁ ਵਿਕਲਪਿਕ ਪ੍ਰਸ਼ਨ ਹੈ ਠੀਕ ਹੈ ਜੀ ਸਹੀ ਗਲਤ ਆਉਣਗੇ ਜਿਹੜੇ ਕਿ 15 ਹੋਣਗੇ ਜਿਹੜੇ ਕਿ 2-2 ਮਾਰਕਸ ਦੇ ਹੋਣਗੇ ਸਾਰੇ ਠੀਕ ਹੈ 30 ਮਾਰਕਸ ਤੇ ਹੋਣਗੇ ਇਸ ਤੋਂ ਬਾਅਦ 20 ਮਾਰਕਸ ਤੁਹਾਨੂੰ ਵੱਡੇ ਕਵਿਸ਼ਨ ਆਉਣਗੇ ਉਹ ਕਰਵਾ ਦਾਂਗੇ ਸਭ ਤੋਂ ਪਹਿਲਾਂ ਭਾਗ ੳ ਦੇ ਵੱਲ ਵਧਦੇ ਹਾਂਗੇ ਜਾਨਕੀ ਭਾਗ ੳ ਵਿੱਚ ਜਿਵੇਂ ਕਿ ਪਹਿਲਾ ਕਵਿਸ਼ਨ ਆਏਗਾ ਸਹੀ ਵਿਕਲਪਿਕ ਦੀ ਚੋਣ ਕਰੋ ਸਹੀ ਵਿਕਲਪਿਕ ਚੋਣ ਕਰਨੇ ਨੇ ਕਿ ਚਾਰ ਦਿੱਤੇ ਗਏ ਨੇ ਇਹਨਾਂ ਚੋਂ ਇੱਕ ਚੋਣਨਾਗਾ ਸਭ ਤੋਂ ਪਹਿਲਾਂ ਦੱਸ ਦੇਣਾ ਅੰਦਾਤਾ ਕੌਣ ਨੇ ਅੰਦਾਤਾ ਉਹ ਹੁੰਦਾ ਹੈ ਜਿਹੜਾ ਖੇਤਾਂ ਵਿੱਚ ਕੰਮ ਕਰਦਾ ਖੇਤਾਂ ਵਿੱਚ ਕੌਣ ਕੰਮ ਕਰਦਾ ਕਿਸਾਨ ਯਾਨੀ ਕਿ ਅੰਦਾਤਾ ਉਸ ਨੂੰ ਕਿਹਾ ਜਾਂਦਾ ਜਿੱਥੋਂ ਜਿਹੜਾ ਆਪਾਂ ਨੂੰ ਭੋਜਨ ਮਨਾ ਕੇ ਦਿੰਦਾ ਹੈਗਾ ਯਾਨੀ ਕਿ ਭੋਜਨ ਉਗਾ ਕੇ ਦਿੰਦੇ ਨੇ ਕਿ ਭੋਜਨ ਕੌਣ ਦੇਣਗੇ ਕਿਸਾਨ ਤਾਂ ਖੇਤਾਂ ਵਿੱਚ ਤਾਂ ਇਹਨਸਤਾ ਆ ਗਿਆ ਅੰਸਰ ਕਿ ਕਿਸਾਨ ਇਸ ਤੋਂ ਬਾਅਦ ਦੂਜਾ ਕੌਮਿਸ਼ਨ ਆਗਾ ਸਕੂਲ ਨਿਯਮਾਂ ਨੂੰ ਸਹੀ ਲਾਗੂ ਕਰਨ ਲਈ ਕਿਸ ਗੱਲ ਦੀ ਲੋੜ ਹੈ ਠੀਕ ਹੈ ਜੀ ਸਕੂਲ ਸਮੇਂ ਸਿਰ ਸਕੂਲ ਲਾਉਣਾ ਆਉਣਾ ਲਾਇਬ੍ਰੇਰੀ ਵਿੱਚ ਸ਼ਾਂਤੀ ਬਣਾ ਕੇ ਰੱਖਣਾ ਜਮਾਤ ਵਿੱਚ ਅਨੁਸ਼ਾਸਨ ਬਣਾ ਕੇ ਰੱਖਣਾ ਤੇ ਉਪਰੋਕਤ ਸਾਰੇ ਹਾਂਜੀ ਇਹ ਸਾਰੇ ਹੀ ਉਪਰੋਕਤ ਸਾਰੇ ਆਊਗਾ ਇਸ ਦਾ ਕਿਉਂਕਿ ਸਾਰੀ ਇਸ ਤੇ ਉੱਤੇ ਠੁਕਮੇ ਦੇ ਨੇ ਠੀਕ ਹੈ ਜਿਸ ਤੋਂ ਬਾਅਦ ਪ੍ਰਸ਼ਨ ਨੰਬਰ ਤੀਜਾ ਸਾਨੂੰ ਵੱਡਿਆਂ ਦੀਆਂ ਕਿਹੜੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ ਤਜਰਬੇ ਹਾਂਜੀ ਬਿਲਕੁਲ ਸਹੀ ਮਿਹਨਤ ਹਾਂਜੀ ਇਹ ਵੀ ਸਹੀ ਤਿਆਗ ਅਤੇ ਸੰਘਰਸ਼ ਹਾਂਜੀ ਇਹ ਵੀ ਸਹੀ ਤਾਂ ਇਸ ਦਾ ਜੁਗਾ ਉਪਰੋਕਤ ਸਾਰੇ ਕਿਉਂਕਿ ਸਾਰੀਆਂ ਗੱਲਾਂ ਆਪਾਂ ਨੂੰ ਵੱਡਿਆਂ ਦੀਆਂ ਧਿਆਨ ਰੱਖਣੀਆਂ ਚਾਹੀਦੀਆਂ ਨੇ ਕਿਉਂਕਿ ਤੁਹਾਡੇ ਲਈ ਇਹ ਬਹੁਤ ਜ਼ਰੂਰੀ ਨੇ ਕਿ ਆਪਣੇ ਆਪਣੇ ਲਈ ਵੀ ਜ਼ਰੂਰੀ ਨੇ ਠੀਕ ਹੈ ਜਿਸ ਤੋਂ ਬਾਅਦ प्रश्न बज चौदा चौथा सॉरी संांत सुभाव नाल होंत सुभाव की हुंदा है, है यादाश्त बढ़ती है मन एकाग्र रहा है चौ सोचण शक्ति बढ़ती है हाँ जी इस भी है प्रोक्त सारे ठीक है जो उपोक्त सारे ढुक मिलेगा इसका आंसर है प्रोक्त तो सारे इस बार नैक्सट क्वेश्चन वेंगे पंजा ਪੰਜਵਾਂ ਕੁਐਸਚਨ ਕੀ ਕਹਿ ਰਿਹਾ ਜਦੋਂ ਕਿਸੇ ਦੇ ਬੁਰੇ ਵਿਹਾਰ ਕਾਰਨ ਉਸ ਉੱਪਰ ਗੁੱਸਾ ਆਉਂਦਾ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ ਉਸ ਨਾਲ ਝਗੜਨਾ ਲੜਨਾ ਝਗੜਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਹਾਂਜੀ ਇਹ ਤਾਂ ਬਿਲਕੁਲ ਗਲਤ ਹੈ ਤਾਂ ਠੀਕ ਹੈ ਜੀ ਇਹ ਗਲਤ ਹੈਗਾ ਤਾਂ ਇਸ ਤੋਂ ਬਾਅਦ ਹੈਗਾ ਦੂਜਾ ਉਸ ਨਾਲ ਬੋਲਣਾ ਬੰਦ ਕਰਨਾ ਕਰਕੇ ਉਸ ਦੇ ਹਾਲ ਉੱਪਰ ਛੱਡ ਦੇਣਾ ਇਹ ਵੀ ਗਲਤ ਹੈਗਾ ਤਾਂ ਇਸ ਦਾ ਕਿਹੜਾ ਟਿੱਕ ਆਊਗਾ ਜਿਹੜਾ ਕਿ ਸਹੀ ਆ ਉਹ ਉਸ ਦੇ ਬੁਰੇ ਵਿਹਾਰ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰਨਾ ਨਿਮਰਤਾ ਸਹਿਤ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਾ ਹਾਂਜੀ ਇਹ ਬਿਲਕੁਲ ਕਰੈਕਟ ਆ ਗਿਆ ਯਾਨੀ ਕਿ ਇਹਡੀ ਆਪਸ਼ਨ ਇਸ ਦੀ ਨੋਟ ਕਰ ਲਓ ਠੀਕ ਹੈ ਨਾਲ ਦੀਆਂ ਨੋਟ ਕਰੀ ਜਾਓ ਤੁਸੀਂ ਇਹ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਕਿਉਂਕਿ ਹੈਲਪਫੁਲ ਤੁਹਾਡੇ ਲਈ ਪੂਰੀ ਇਹ ਵੀਡੀਓ ਕਿਉਂਕਿ ਜਦੋਂ ਪੀਪਰ ਆ ਤੁਹਾਡਾ ਅਗਲੇ ਦਿਨ ਪੀਪਰ ਦੇਖਦੇ ਤਾਂ ਤੁਹਾਡੇ ਕਈ ਵਾਰ ਪੀਪਰ ਇਹੀ ਆ ਜਾਂਦਾਗਾ ਤਾਂ ਅਗਲੇ ਦਿਨ ਵਿਦਿਆਰਥੀ ਕਹਿ ਰਹੇ ਹੁੰਦੇ ਨੇ ਕਿ ਅਸੀਂ ਵੀਡੀਓ ਦੇਖ ਕੇ ਨਹੀਂ ਗਏ ਤਾਂ ਸਾਨੂੰ ਪਸਤੌਣਾ ਪਿਆ ਉਸ ਤੋਂ ਬੈਟਰ ਹੈ ਕਿ ਪਸਤੌਣ ਤੋਂ ਬੈਟਰ ਹੈ ਕਿ ਤੁਸੀਂ 10 20 ਮਿੰਟ ਦੀ ਵੀਡੀਓ ਵੀ ਦੇਖ ਕੇ ਜਾਉਂਗੇ ਆਪਣੇ ਟਾਈਮ ਵਿੱਚੋਂ ਟਾਈਮ ਕੱਢ ਕੇ ਤਾਂ ਤੁਹਾਡੇ ਲਈ ਇੰਪੋਰਟੈਂਟ ਹੋਣ ਵਾਲੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਹੈ ਕਿ ਤੁਹਾਡ ਕਰਨੀ ਚਾਹੀਦੀ ਹੈ ਯੋਗਤਾ ਲਗਨ ਕਾਬਲੀਅਤ ਇਹ ਸਾਰੀ ਨੇਗੇ ਠੀਕ ਹੈ ਜੀ ਇਸਦਾ ਹੈਗਾ ਸਸਾ ਇਸ ਤੋਂ ਬਾਅਦ ਹੈਗਾ ਤੁਹਾਡਾ 7ਵਾਂ ਸੱਚੀ ਕਰਤ ਵਿੱਚ ਕਿਹੜਾ ਗੁਣ ਸ਼ਾਮਿਲ ਹੁੰਦਾ ਹੈ ਬੇਈਮਾਨੀ ਚੋਰੀ ਠੱਗੀ ਇਮਾਨਦਾਰੀ ਅਤੇ ਲਗਨ ਸੱਚੀ ਕਰਤ ਜਾਨੀ ਕਿ ਇਮਾਨਦਾਰੀ ਵਾਲਾ ਕੰਮ ਕੀਚ ਹੁੰਦਾਗਾ ਤਾਂ ਉਹ ਹੈਗਾ ਤੁਹਾਡਾ ਸਸਾ ਜਾਨੀ ਕਿ ਇਮਾਨਦਾਰੀ ਇਸ ਤੋਂ ਬਾਅਦ ਹੈਗਾ ਤੁਹਾਡਾ 8ਵਾਂ ਕੂੜਾ ਛੁਟਣ ਲਈ ਸਹੀ ਸਥਾਨ ਕਿਹੜਾ ਹੈ ਖੇਡ ਦਾ ਮੈਦਾਨ ਸੜਕ ਕੂੜਾਦਾਨ ਪਾਰਕ ਆਪਾਂ ਨੂੰ ਕੂੜਾ ਕਿੱਥੇ ਵਿੱਚ ਛੁਟਣਾ ਚਾਹੀਦਾ ਹੈ ਆਪਾਂ ਨੂੰ ਛੁਟਣਾ ਚਾਹੀਦਾ ਕੂੜੇਦਾਨ ਵਿੱਚ ਇਹ ਇਸਦਾ ਸਹੀ ਆ ਠੀਕ ਹੈ ਜੀ ਇਨ ਨਾਲ ਦੇ ਨੋਟ ਕਰਿਓ ਤੁਹਾਡੇ ਲਈ ਹੈਲਪਫੁਲ ਬਹੁਤ ਵੀਡੀਓ ਆ ਇਹ ਤਾਂ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਆਪਣੇ ਦੋਸਤਾਂ ਨੂੰ ਕਿਉਂਕਿ ਜੇਕਰ ਸ਼ੇਅਰ ਕਰੋਗੇ ਤੁਹਾਡੇ ਹੀ ਫਾਇਦਾਗਾ ਠੀਕ ਹੈ ਜਲਦੀ ਉਦੀ ਜਾਓ ਅੱਗੇ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤੋਂ ਬਾਅਦ ਹੈਗਾ ਤੁਹਾਡਾ ਕੌਨਸੇ ਨੰਬਰ ਨੋਮਾ ਤਾਂ ਤਰਕਸੰਗਤ ਸੋਚ ਕੀ ਹੈ ਤਰਕਸੰਗਤ ਸੋਚ ਦੱਸਣੀ ਕੀ ਹੈ ਇਹ ਹੈਗਾ ਤੁਹਾਡਾ ਪਾਬਕ ਹੋ ਕੇ ਸੋਚਣਾ ਦਿਲ ਨਾਲ ਸੋਚਣਾ ਸਹੀ ਗਲਤ ਦਾ ਅਨੁਮਾਨ ਹੋਣਾ ਦਿਲ ਦੀ ਥਾਂ ਦਿਮਾਗ ਨਾਲ ਸੋਚਣਾ ਹਾਂਜੀ ਇਸ ਦਾ ਸੱਸਾ ਬਣ ਰਿਹਾ ਕਰੈਕਟ ਆਨਸਰ ਸੱਸਾ ਕਰ ਲਓ ਇਸ ਤੋਂ ਬਾਅਦ ਦਸਵਾਂਗਾ ਰਾਸ਼ਟਰ ਨਿਰਮਾਣ ਵਿੱਚ ਕਿਸ ਤਰ੍ਹਾਂ ਦੇ ਲੋਕ ਸੱਚਾਈ ਹੁੰਦੀ ਹਨ ਸੱਚੇ ਅਤੇ ਇਮਾਨਦਾਰ ਹੁੰਦੇ ਨੇ ਠੀਕ ਹੈ ਜੀ ਰਾਸ਼ਟਰੀ ਨਿਰਮਾਣ ਵਿੱਚ ਤਾਂ ਇਸ ਦਾ ਇਹ ਕਮਿਸ਼ਨ ਹੈਗਾ ਜਾਨੀ ਕਿ ਇਸ ਤੋਂ ਬਾਅਦ ਆਗਾ ਤੁਹਾਡਾ ਨੈਕਸਟ ਇੱਕ ਵਾਰ ਇਸ ਦਾ ਜਿਹੜਾ 10 ਦਸਵਾਂਗਾ ਤੁਸੀਂ 10ਵੇਂ ਦਾ ਆਪਾਂ ਇੱਕ ਵਾਰੀ ਤੁਸੀਂ ਨੇ ਇਹ ਵੈਰੀਫਾਈ ਕਰ ਲੈਣਾ ਵੀ ਨਾ ਇਹ ਸਹੀ ਹੈਗਾ ਠੀਕ ਹੈ ਜੀ ਇੱਕ ਵਾਰੀ ਤੁਸੀਂ ਦੇਖ ਲੈਣਾ ਇਸ ਤੋਂ ਬਾਅਦ ਆਗਾ ਖਾਲੀ ਥਾਂ ਮਾ ਠੀਕ ਹੈ ਖਾਲੀ ਥਾ ਮਾਨ ਜਿਵੇਂ ਕਿ ਦੋ ਖਾਲੀ ਥਾ ਮਾਨ ਹੈ ਗਿਆ ਸਾਡੇ ਵਿੱਚ ਡੈਸ਼ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ ਈਰਖਾ ਗੁੱਸਾ ਲਾਲਜ ਸਹਿਨ ਹਾਂਜੀ ਇਸ ਦਾ ਹੈਗਾ ਸਹਿਨ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਆ ਇਸ ਤੋਂ ਬਾਅਦ ਹੈਗਾ ਤੁਹਾਡਾ 12ਵਾਂ ਠੀਕ ਹੈ ਜ਼ਿੰਦਗੀ ਵਿੱਚ ਡੈਸ਼ ਹੋਣ ਲਈ ਕਿਰਤ ਦਾ ਸਤਿਕਾਰ ਜ਼ਰੂਰੀ ਹੈ ਜ਼ਿੰਦਗੀ ਵਿੱਚ ਸਫਲ ਹੋਣ ਲਈ ਯਾਨੀ ਕਿ ਇਸ ਦਾ ਹੈਗਾ ਤੁਹਾਡਾ ਆੜਾ ਆਪਸ਼ਨ ਠੀਕ ਹੈ ਜੀ ਇਸ ਤੋਂ ਬਾਅਦ ਹੈਗਾ ਤੁਹਾਡੇ ਸਹੀ ਜੀ ਗਲਤ ਦੀ ਚੋਣ ਕਰਨ ਦੇ ਕਿ ਸਹੀ ਗਲਤ ਹੋਣਗੇ ਤੁਹਾਨੂੰ ਤਿੰਨ ਠੀਕ ਹੈ ਜੀ ਈਡੀ ਹੈਗੀ ਇਹ ਤਾਂ ਜਿਵੇਂ ਕਿ ਪਹਿਲਾ ਹੈਗਾ 13ਵਾਂ ਵਿਦਿਆਰਥੀਆਂ ਨੂੰ ਇਨਸਾਨੀਅਤ ਪ੍ਰਤੀ ਆਪਣੇ ਫਰਜ਼ ਪੂਰੇ ਨਹੀਂ ਕਰਨੇ ਚਾਹੀਦੇ ਕਰਨੇ ਚਾਹੀਦੇ ਨੇ ਤਾਂ ਇਹ ਹੈਗਾ ਤੁਹਾਡਾ ਗਲਤ ਠੀਕ ਹੈ ਜੀ ਇਸ ਤੋਂ ਬਾਅਦ ਹੈਗਾ ਤੁਹਾਡਾ ਨੈਕਸਟ ਕਵਿਸ਼ਨ ਹੈ 14 ਘਰ ਵਿੱਚ ਵੀ ਨੀਮਾ ਦੀ ਡੋੜ ਹੁੰਦੀ ਹੈ ਹਾਂਜੀ ਇਹ ਬਿਲਕੁਲ ਸਹੀ ਹੈ ਇਸ ਦਾ ਹੋ ਗਿਆ ਤੁਹਾਡਾ ਰਾਈਟ ਦੂਜੇ ਦਾ ਇਸ ਤੋਂ ਬਾਅਦ ਤੀਜਾ ਹੈਗਾ ਯਾਨੀ ਕਿ 15ਵਾਂ ਹੈਗਾ ਸੱਚਾਈ ਅਤੇ ਇਮਾਨਦਾਰੀ ਸਾਡੇ ਚਰਿੱਤਰ ਦੀ ਰੀੜ ਦੀ ਹੱਡੀ ਹੈ ਹਾਂਜੀ ਇਹ ਬਿਲਕੁਲ ਸੱਚ ਹੈਗਾ ਠੀਕ ਹੈ ਜੀ ਸੱਚਾਈ ਅਤੇ ਇਮਾਨਦਾਰੀ ਠੀਕ ਹੈ ਜੀ ਇਹ ਹੈਗਾ ਤੁਹਾਡਾ ਸਹੀ ਠੀਕ ਹੈ ਜੀ ਇਸ ਦੇ ਨਾਲ ਆਪਾਂ ਵਧਦੇ ਹਾਂਗੇ ਅਗਲੇ ਪ੍ਰਸ਼ਨਾਂ ਵੱਲ ਉਹ ਤੁਹਾਨੂੰ ਆਪਾਂ ਉੱਤੇ ਕਰਵਾਏ ਨੇ ਕਿ 15 15 ਜਿੰਨੀ ਵੀ ਹੈਗੀਆਂ ਤੁਹਾਡੇ ਸਹੀ ਗਲਤ ਖਾਲੀ ਥਾਂਾਂ ਅਤੇ ਬਹੁ ਬਲ ਵਾਲੇ ਪ੍ਰਸ਼ਨ ਸਾਰੇ ਨੇ ਤੁਹਾਨੂੰ ਇੱਕ ਦੇ ਦੋ ਦੋ ਮਿਲਣਗੇ ਠੀਕ ਹੈ ਜੀ ਇਸ ਤੋਂ ਬਾਅਦ ਆਏਗਾ ਤੁਹਾਡਾ ਪ੍ਰਸ਼ਨ ਭਾਗ ਆੜਾ ਆ ਗਿਆ ਠੀਕ ਹੈ ਭਾਗ ਆੜੇ ਵਿੱਚ ਤੁਹਾਨੂੰ ਚ ਜਾਨਗੇ ਚਾਰੇ ਦੇ ਹੋਣਗੇ ਤੁਹਾਨੂੰ ਤਿੰਨ ਤਿੰਨ ਅੰਕ ਤਾਂ ਤੁਹਾ ਤੇ ਜਿਹੜੇ ਤੁਹਾਡੇ ਟੋਟਲ ਹੋਗੇ ਤਿੰਨ ਤਿੰਨ ਅੰਕਾਂ ਦੇ ਇਹ ਤਿੰਨ ਤਿੰਨ ਅੰਕਾਂ ਦੇ ਆਪਰੇਸ਼ਨ ਹੋਣਗੇ ਠੀਕ ਹੈ ਜੀ ਚਾਰ ਪ੍ਰਸ਼ਨ ਪੁੱਛੀ ਜਾਣਗੇ ਤਾਂ ਚਾਰੇ ਤੁਹਾਨੂੰ ਮਿਲਣਗੇ 12 ਅੰਕ ਠੀਕ ਹੈ ਜੀ 12 ਅੰਕ ਮਿਲਣਗੇ ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਸਾਰੇ ਪ੍ਰਸ਼ਨ ਜ਼ਰੂਰੀ ਹਨ ਹਰੇਕ ਪ੍ਰਸ਼ਨ ਤਿੰਨ ਅੰਕ ਦਾ ਹੈ ਹਰੇਕ ਪ੍ਰਸ਼ਨ ਤਿੰਨ ਅੰਕ ਦਾ ਠੀਕ ਹੈ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋਗੇ ਜਿਵੇਂ ਕਿ ਪਹਿਲਾ ਪ੍ਰਸ਼ਨ ਹੈਗਾ ਭੋਜਨ ਅਤੇ ਪਾਣੀ ਸਾਡੇ ਲਈ ਕਿਉਂ ਜ਼ਰੂਰੀ ਹਨ ਭੋਜਨ ਤੇ ਪਾਣੀ ਆਪਣੇ ਜੀ ਸਰੀਰ ਲਈ ਕਿਉਂ ਜ਼ਰੂਰੀ ਹਨ ਤੁਹਾਨੂੰ ਪਤਾ ਹੀ ਹੈ ਕਿਉਂਕਿ ਇਹ ਵੈਰੀ ਵੈਰੀ ਸਿੰਪਲ ਪੇਪਰ ਹੈਗਾ ਵੈਲਕਮ ਲਾਈਫ ਦਾ ਮਤਲਬ ਇਹੀ ਹੁੰਦਾ ਕਿ ਆਪਣੀ ਜ਼ਿੰਦਗੀ ਬਾਰੇ ਸਾਰਾ ਆਪਣੀ ਨੌਲੇਜ ਬਾਰੇ ਇਸ ਦੇ ਵਿੱਚ ਤੁਹਾਡੇ ਨੌਲੇਜ ਚੈੱਕ ਕੀਤੀ ਜਾਂਦੀ ਹੈ ਕਿ ਇਸ ਵਿੱਚ ਤੁਹਾਨੂੰ ਜੀ ਨੌਲੇਜ ਆ ਤੁਸੀਂ ਆਪਣੇ ਅਕੋਰਡਿੰਗ ਵੀ ਲਿਖ ਸਕਦੇ ਹੋ ਜੇਕਰ ਤੁਹਾਨੂੰ ਬੁੱਕਾਂ ਵਾਲਾ ਪੜਿਆ ਨਹੀਂ ਤਾਂ ਬੁੱਕਾਂ ਵਾਲਾ ਨਹੀਂ ਹੁੰਦਾ ਕਿ ਤੁਸੀਂ ਨੇ ਬੁੱਕਾਂ ਵਾਲਾ ਸਾਰਾ ਚੇਪਣਾ ਤੁਸੀਂ ਨੇ ਆਪਣੇ ਕੋਲ ਬਣਾ ਕੇ ਲਿਖੋਗੇ ਤਾਂ ਤੁਹਾਡੀ ਆਪਣੇ ਕੋਲ ਬਣਾਉਣ ਦੀ ਤੁਹਾਡੀ ਸ਼ਕਤੀ ਵਧੇਗੀ ਠੀਕ ਹੈ ਜੀ ਇਸ ਨਾਲ ਤੁਹਾਡੀ ਫਾਇਦਾਗਾ ਤਾਂ ਇਸ ਤੋਂ ਬਾਅਦ ਮੈਂ ਇੱਕ ਸੈਕੰਡ ਭੋਜਨ ਨੇ ਆਪਣੇ ਪਾਣੀ ਅਤੇ ਭੋਜਨ ਤੇ ਪਾਣੀ ਆਪਣੀ ਬਹੁਤ ਜ਼ਰੂਰੀਆਂ ਨੇ ਕਿਉਂਕਿ ਜੇਕਰ ਆਪਾਂ ਭੋਜਨ ਖਾਵਾਂਗੇ ਭੋਜਨ ਨਾਲ ਆਪਾਂ ਨੂੰ ਪ੍ਰੋਟੀਨ ਮਿਲਦੇ ਨੇ ਅਤੇ ਆਪਣੇ ਸਰੀਰ ਨੂੰ ਅਨਰਜੀ ਮਿਲਦੀ ਹੈਗੀ ਭੋਜਨ ਨਾਲ ਪਾਣੀ ਆਪਣੇ ਲਈ ਬਹੁਤ ਜ਼ਰੂਰੀ ਹੈ ਪਾਣੀ ਜਿੰਨੇ ਵੀ ਜੀਵ ਨੇ ਸਾਰਿਆਂ ਨੇ ਜ਼ਰੂਰੀ ਹੈ ਕਿਉਂਕਿ ਪਾਣੀ ਨਾਲ ਆਪਣੀ ਆਪਣੀ ਬਾਡੀ ਲਈ ਬਹੁਤ ਜ਼ਰੂਰੀ ਹੈਗਾ ਪਾਣੀ ਪਾਣੀ ਬਿਨ ਆਪਾਂ ਦੀ ਲਾਈਫ ਸੰਭਵ ਨਹੀਂ ਹੈਗੀ ਤਾਂ ਇਸ ਲਈ ਆਪਣੇ ਭੋਜਨ ਤੇ ਪਾਣੀ ਦੋਨੇ ਇਹ ਇੱਕ ਤਰ੍ਹਾਂ ਦੀ ਮੇਨ ਚੀਜ਼ਾਂ ਨੇ ਕਿ ਜਿਹੜੀ ਕਿ ਆਪਣੇ ਲਈ ਬਹੁਤ ਜ਼ਰੂਰੀ ਨੇਗੇ ਠੀਕ ਹੈ ਇਸ ਤੋਂ ਇਸ ਤੋਂ ਬਾਅਦ ਹੈਗਾ ਤੁਹਾਡਾ ਨੈਕਸਟ ਕੁਐਸਚਨ ਹੈਗਾ ਇਸ ਵਿੱਚ ਜਾਵਾਂਗਾ ਠੀਕ ਹੈ ਜਾਂ ਇਹਨਾਂ ਦ ਵਿੱਚੋ ਜਿਵੇਂ ਕਿ ਆਪਣੇ ਗੁੱਸੇ ਨੂੰ ਕਾਬੂ ਕਰਨ ਲਈ ਕੀ ਕੀ ਯਤਨ ਕਰਨੇ ਚਾਹੀਦੇ ਹਨ ਗੁੱਸੇ ਨੂੰ ਕਾਬੂ ਕਰਨ ਲਈ ਕੀ ਕੀ ਯਤਨ ਕਰਨੇ ਚਾਹੀਦੇ ਨੇ ਕਿ ਆਪਾਂ ਨੂੰ ਗੁੱਸਾ ਆਪਣ ਨੂੰ ਢਾਲਣਾ ਚਾਹੀਦਾ ਹੈ ਠੀਕ ਹੈ ਜੀ ਆਪਾਂ ਨੂੰ ਜੇ ਕੋਈ ਜੇ ਕੋਈ ਕਿਸੇ ਆਪਾਂ ਕਿਸੇ ਨਾਲ ਹੀ ਗੁੱਸਾ ਹੁੰਨੇ ਹੁੰਨੇ ਆ ਆਪਾਂ ਨੂੰ ਆਪਾਂ ਨੂੰ ਗੁੱਸਾ ਕਰਨ ਨਹੀਂ ਕਰਨ ਦੇ ਬਜਾਏ ਆਪਾਂ ਨੂੰ ਦੂਜੇ ਬੰਦੇ ਨੂੰ ਕਹਿ ਦੇਣਾ ਚਾਹੀਦਾ ਕਿ ਨਾ ਤੂੰ ਸਹੀ ਆ ਅਤੇ ਮੈਂ ਗਲਤਾਂ ਇਸ ਨਾਲ ਆਪਾਂ ਗੁੱਸਾ ਕਾਬੂ ਹੋ ਸਕਦਾ ਇਸ ਤੋਂ ਬਾਅਦ ਹੈਗਾ ਤੁਹਾਡਾ ਪ੍ਰਸ਼ਨ ਨੰਬਰ 3 ਤੁਸੀਂ ਆਪਣੇ ਮਾਤਾ ਜੀ ਦੀ ਘਰ ਦੇ ਕੰਮਾਂ ਵਿੱਚ ਕਿਸ ਤਰ੍ਹਾਂ ਮਦਦ ਕਰ ਸਕਦੇ ਹੋ ਤੁਸੀਂ ਆਪਣੇ ਮਾਤਾ ਜੀ ਦੀ ਕਿਸ ਤਰ੍ਹਾਂ ਕੰਮ ਕਰਦੇ ਹੋਗੇ ਘਰੇ ਵਿੱਚ ਕਿਸ ਤਰ੍ਹਾਂ ਉਹਨਾਂ ਦੀ ਹੈਲਪ ਕਰਵਾਉਣਗੇ ਉਸ ਤਰ੍ਹਾਂ ਲਿਖਣਾ ਤੁਸੀਂ ਨੇ ਆਪਾਂ ਨੂੰ ਆਪਣੇ ਮਾਤਾ ਪਿਤਾ ਦਾ ਕੰਮ ਆਪਾਂ ਨੂੰ ਹਰ ਕੰਮ ਵਿੱਚ ਹੈਲਪ ਕਰਵਾਉਣੀ ਚਾਹੀਦੀ ਹੈ ਜਿਵੇਂ ਕਿ ਜਦੋਂ ਉਹ ਕਿਚਨ ਵਿੱਚ ਕੋਈ ਜਿਸ ਆ ਫੂਡ ਮਨ ਹੁੰਦੇ ਨੇ ਤਾਂ ਉਹਨਾਂ ਦੀ ਆਪਾਂ ਨੂੰ ਹੈਲਪ ਕਰਨੀ ਚਾਹੀਦੀ ਆ ਉਹਨਾਂ ਦੀ ਮਦਦ ਕਰਨੀ ਚਾਹੀਦੇ ਇਸ ਨਾਲ ਇਸ ਦਾ ਤੁਸੀਂ ਅਨਸਰ ਬਣਾ ਕੇ ਲਿਖਣਾ ਹੈ ਆਪਣੇ ਕੋਲੋਂ ਠੀਕ ਹੈ ਜੀ ਇਸ ਤੋਂ ਬਾਅਦ ਜਿਵੇਂ ਕਿ ਚੌਥਾ ਗਾ ਕੁਦਰਤੀ ਵਾਤਾਵਰਨ ਦੀ ਸੰਭਾਲ ਲਈ ਤੁਸੀਂ ਕੀ ਕਰੋਗੇ ਕੁਦਰਤੀ ਵਾਤਾਵਰਨ ਦੀ ਸੰਭਾਲ ਲਈ ਆਪਾਂ ਕੀ ਕਰਾਂਗੇ ਆਪਾਂ ਨੂੰ ਸੰਭਾਲਣੇ ਚਾਹੀਦੇ ਨੇ ਆਪਾਂ ਨੂੰ ਦਰਖਤ ਵਗੈਰਾ ਦਰਖਤ ਵਗੈਰਾ ਕੁਦਰਤੀ ਸੰਭਾਲ ਵਿੱਚ ਆ ਜਾਂਦੇ ਨੇ ਕਿ ਠੀਕ ਹੈ ਜੀ ਆਪਾਂ ਨੂੰ ਦਰਖਤ ਚੰਗੇ ਲਗਾਉਣੇ ਚਾਹੀਦੇ ਨੇ ਜੇਕਰ ਆਪਾਂ ਨੇ ਕੋਈ ਦਰਖਤ ਟੁੱਟਿਆ ਹੋਇਆ ਲੱਗਦਾ ਦਿਖਦਾ ਹੈਗਾ ਤਾਂ ਆਪਾਂ ਨੂੰ ਉਸ ਨੂੰ ਖੜਾ ਕਰਕੇ ਆਪਾਂ ਨੂੰ ਥਾਂ ਥਾਂ ਤੇ ਦਰਖਤ ਲ ਆਜੂਗਾ ਯਾਨੀ ਕਿ ਜੇਕਰ ਆਪ ਨੂੰ ਕੋਈ ਚੀਜ਼ ਦਿਖ ਰਹੀ ਹੈ ਜਾਨਕੀ ਜੇ ਪਾਣੀ ਡੁੱਲਦਾ ਦਿਖ ਰਿਹਾ ਹੈ ਪਾਣੀ ਵੀ ਕੁਦਰਤ ਵਿੱਚ ਆ ਜਾਊਗਾ ਕਿਉਂਕਿ ਕੁਦਰਤ ਵੱਲੋਂ ਹੀ ਮਿਲਿਆਗਾ ਆਪ ਨੂੰ ਪਾਣੀ ਦੀ ਦੇਣ ਤਾਂ ਜੇਕਰ ਆਪ ਨੂੰ ਕੋਈ ਪਾਣੀ ਦਿਖਦਾਗਾ ਡੁੱਲਦਾ ਤਾਂ ਆਪਾਂ ਨੂੰ ਟੂਟੀ ਨੂੰ ਬੰਦ ਕਰਨਾ ਚਾਹੀਦਾਗਾ ਠੀਕ ਹੈ ਜੀ ਇਸ ਨਾਲ ਜਿਹੜਾ ਆਪਾਂ ਕੁਦਰਤੀ ਸੰਭਾਲ ਕਰ ਸਕਦੇ ਹਾਂ ਠੀਕ ਹੈ ਜੀ ਇਸ ਤੋਂ ਬਾਅਦ ਇਹਨਾਂ ਵਿੱਚ ਜਾਵਾਂਗਾ ਕੋਈ ਦੋਨਾਂ ਵਿੱਚ ਕੋਈ ਇੱਕ ਲਿਕਣਾ ਹੁੰਦਾਗਾ ਠੀਕ ਹੈ ਜੀ ਇਸ ਤਰ੍ਹਾਂ ਜਾਵਾਂਗਾ ਇਸ ਤੋਂ ਬਾਅਦ ਨੈਕਸਟ ਕੁਐਸ਼ਨ ਹੈਗਾ ਪੰਜਵਾਂ ਸਕੂਲ ਅੱਧੀ ਛੁੱਟੀ ਸਮੇਂ ਮਿਡ-ਡੇ ਮੀਲ ਲੈਣ ਸਮੇਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿੰ ਆਪਾਂ ਨੂੰ ਚੰਗੀ ਤਰ੍ਹਾਂ ਖਾਣਾ ਚਾਹੀਦਾ ਹੈ ਠੀਕ ਹੈ ਜੀ ਆਪਾਂ ਭੋਜਨ ਖਾਣ ਸਮੇਂ ਬੋਲਣਾ ਨਹੀਂ ਚਾਹੀਦਾ ਠੀਕ ਹੈ ਜੀ ਆਪਾਂ ਨੂੰ ਭੋਜਨ ਖਾਣ ਵੇਲੇ ਕੋਈ ਸ਼ਰਾਤ ਨਹੀਂ ਕਰਨੀ ਚਾਹੀਦੀ ਆਪਣਾ ਧਿਆਨ ਆਪਣੇ ਭੋਜਨ ਤੇ ਰੱਖਣਾ ਚਾਹੀਦਾ ਭੋਜਨ ਹਮੇਸ਼ਾ ਬੈਠ ਕੇ ਖਾਣਾ ਚਾਹੀਦਾ ਇਸ ਤਰ੍ਹਾਂ ਤੁਸੀਂ ਆਪਣੇ ਭੋਜਨ ਬਾਰੇ ਲਿਖ ਸਕਦੇ ਹੋ ਅਤੇ ਜੇਕਰ ਜਿਹੜਾ ਤੁਸੀਂ ਮੇਡੇ ਮੇਲ ਕਰਦੇ ਹੋ ਮੋਗੇ ਤਾਂ ਜਿਹੜਾ ਜਿਹੜੀਆਂ ਤੁਸੀਂ ਧਿਆਨ ਰੱਖਣ ਦੇਖਦੇ ਹੋ ਚੀਜ਼ਾਂ ਦਾ ਉਹ ਤੁਸੀਂ ਆਪਣੇ ਕੋਲੋਂ ਲਿਖ ਸਕਦੇ ਹੋ ਠੀਕ ਹੈ ਜੀ ਇਸ ਤੋਂ ਬਾਅਦ ਹੈਗਾ ਤੁਹਾਡਾ ਭਾਗ ਇਹੜੀ ਭਾਗ ਇਹੜੀ ਵਿੱਚ ਤੁਹਾਨੂੰ ਆਉਣਗੇ ਚਾਰ ਕੁਐਸਚਨ ਆਉਣਗੇ ਜਿਹੜੇ ਕਿ ਹਾਂਜੀ ਇੱਕ ਵਾਰੀ ਇੱਕ ਵ ਇਸ ਵਿੱਚ ਆਉਣਗੇ ਤੁਹਾਨੂੰ ਆ ਦੇ ਰੱਖਿਆ ਇਹਨਾਂ ਨੇ ਸੇਜ ਤੋਂ ਪ੍ਰਸ਼ਨ ਨੰਬਰ 9 ਵਿੱਚੋਂ ਕੋਈ ਦੋ ਪ੍ਰਸ਼ਨ ਕਰੋ ਹਰੇਕ ਪ੍ਰਸ਼ਨ ਦਾ 4 ਅੰਕ ਹੈ ਠੀਕ ਹੈ ਜੀ ਕੋਈ ਇਹਨਾਂ ਚਾਰ-ਚਾਰ ਦਿੱਤੇ ਜਾਣਗੇ ਯਾਨੀ ਕਿ ਤੁਹਾਨੂੰ ਆ ਚਾਰ ਦਿੱਤੇ ਜਾਣੇ ਚਾਰਾਂ 'ਚ ਕੋਈ ਦੋ ਕਰਨੇ ਨੇ ਯਾਨੀ ਕਿ ਨੋਮੇ ਨੰਬਰ ਦਾ ਤੁਹਾਨੂੰ ਇੱਕ ਪੈਰਾ ਦਿੱਤਾ ਗਿਆ ਪੈਰੇ ਵਿੱਚੋਂ ਲੱਭ ਕੇ ਕੁੰਛਣਾ ਦੇ ਅਨਸਰ ਦੇਣੇ ਨੇ ਜਿਵੇਂ ਕਿ ਆਪਾਂ ਪਹਿਲਾਂ ਦੇਖ ਲੈਣੇ ਆਪ ਤੁਸੀਂ ਇਹਨਾਂ ਵਿੱਚੋਂ ਚਾਰਾਂ ਵਿੱਚੋਂ ਕੋਈ ਤੁਸੀਂ ਨੇ ਦੋ ਕਰਨੇ ਨੇ ਇਹ ਹੈਗੇ ਨੇ ਤੁਹਾਡੇ ਚਾਰ-ਚਾਰ ਨੰਬਰ ਦੇ ਜਿਵੇਂ ਕਿ ਆਪਣੇ ਸਿਮਾ ਆ ਗਿਆ ਆਪਣੇ ਬਿਰਧਾਂ ਤੋਂ ਸੁਣੀ ਕੋਈ ਇੱਕ ਕਹਾਣੀ ਲਿਖੋ ਆਪਣੇ ਜਿਹੜੀ ਜਿਹੜੀ ਤੁਸੀਂ ਨੇ ਆਪਣੇ ਦਾਦਾ ਜਾਂ ਦਾਦੀ ਤੋਂ ਕੋਈ ਕਹਾਣੀ ਸੁਣੀ ਹੈ ਉਹੀ ਉਹਨਾਂ ਬਾਰੇ ਲਿਖਣਾਗਾ ਜੇਕਰ ਤੁਹਾਨੂੰ ਕੋਈ ਉਹਨਾਂ ਨੇ ਕਿਸੇ ਨੇ ਨਾਂ ਸੁਣੀ ਹੋਵੇ ਤਾਂ ਤੁਸੀਂ ਆਪਣੀ ਕੋਈ ਮਰਜ਼ੀ ਖਾਣੀ ਜਿਹੜੀ ਤੁਹਾਨੂੰ ਆਉਂਦੀ ਆ ਉਹ ਉਹ ਲਿਖ ਦਿਓ ਤਾਂ ਤੁਹਾਨੂੰ ਨੰਬਰ ਮਿਲ ਜਾਣਗੇ ਠੀਕ ਹੈ ਜੀ ਪ੍ਰਸ਼ਨ ਨੰਬਰ 7 ਮਾਂ ਇਮਾਨਦਾਰੀ ਅਤੇ ਸੱਚਾਈ ਸੱਚੇ ਬੰਨ ਲਈ ਤੁਸੀਂ ਕੀ ਕਰੋਗੇ ਉਹਨਾਂ ਚਾਰ ਕੰਮਾਂ ਦੀ ਸੂਚੀ ਬਣਾਓ ਇਮਾਨਦਾਰੀ ਅਤੇ ਸੱਚੇ ਬੰਨ ਲਈ ਤੁਸੀਂ ਕੀ ਕਰੋਗੇ ਇਹ ਤੁਹਾਨੂੰ ਆਪਾਂ ਆਉਂਦੀ ਹੋਊਗਾ ਤੁਹਾਨੂੰ ਜਾਨੀ ਕਿ ਇਮਾਨਦਾਰੀ ਅਤੇ ਸੱਚਾਈ ਰੱਖਣ ਦੇ ਲਈ ਅੱਗੇ ਦੇ ਮੂਹਰੇ ਦੂਜੇ ਦੇ ਮੂਹਰੇ ਤਾਂ ਆਪਾਂ ਨੂੰ ਗਲਤ ਕੰਮ ਨਹੀਂ ਕਰਨੇ ਚਾਹੀਦੇ ਸਮੇਂ ਸਿਰ ਆਪਾਂ ਨੂੰ ਕੰਮ ਕਰਨਾ ਚਾਹੀਦਾ ਇਸ ਤਰ੍ਹਾਂ ਦੇ ਜਿਹੜੇ ਇਹ ਹਾਂ ਆ ਜਾਣਗੇ ਪੁਆਇੰਟ ਇਸ ਦੀ ਇਸ ਤੋਂ ਬਾਅਦ ਹੈਗਾ ਤੁਹਾਡਾ ਅੱਠਵਾਂ ਸਕੂਲ ਤੋਂ ਘਰ ਜਾਂਦੇ ਸੜਕ ਤੇ ਹੋਏ ਐਕਸੀਡੈਂਟ ਨੂੰ ਦੇਖਦੇ ਹੋਏ ਤੁਸੀਂ ਕੀ ਕਰੋਗੇ ਤਾਂ ਆਪਾਂ ਨੂੰ ਕਰਨਾ ਚਾਹੀਦਾ ਕਿ ਆਪਾਂ ਨੂੰ ਜੇ ਤਾਂ ਐਕਸੀਡੈਂਟ ਹੋਇਆ ਹੈਗਾ ਆਪਾਂ ਨੂੰ ਵੀਡੀਓ ਜਾਂ ਫੋਟੋ ਖਿੱਚਣ ਦੀ ਬਜਾਏ ਆਪਾਂ ਨੂੰ ਉਸ ਨੂੰ ਲਿਫਟ ਦੇ ਕੇ ਆਪਾਂ ਨੂੰ ਹਸਪਤਾਲ ਤੱਕ ਪਹੁੰਚਾਉਣਾ ਚਾਹੀਦਾ ਹੈਗਾ ਅਤੇ ਆਪਾਂ ਨੂੰ ਉਸ ਨੂੰ ਅ ਤੇ ਚੰਗੀ ਤਰ੍ਹਾਂ ਉਸ ਦੀ ਆਪਾਂ ਦੇਖ ਹਾਲਤ ਦੇਖ ਕੇ ਆਪਾਂ ਨੂੰ ਉਸ ਦੇ ਉਸ ਦੇ ਘਰ ਦੇ ਨਾਲ ਆਪਾਂ ਨੂੰ ਕੰਟੈਕਟ ਕਰਨਾ ਚਾਹੀਦਾ ਇਸ ਤਰ੍ਹਾਂ ਤੁਸੀਂ ਲਿਖ ਸਕਦੇ ਹੋਗੇ ਠੀਕ ਹੈ ਜੀ ਇਸ ਤੋਂ ਬਾਅਦ ਪਰਿਸ਼ਲ ਨੰਬਰ ਨੋਮਾ ਕਰਵਾ ਲੈ ਤੇ ਕਰਵਾ ਦਿੰਨੇ ਆਪਾਂ ਤੁਹਾਨੂੰ ਇਹ ਪੈਰਾਗ੍ਰਾਫ ਦਿੱਤਾ ਗਿਆ ਹੈਗਾ ਠੀਕ ਹੈ ਜੀ ਜਾਨਕੀ ਪੈਸੇਜ ਦਿੱਤਾ ਗਿਆ ਹੈਗਾ ਇਸ ਵਿੱਚ ਲੱਭ ਕੇ ਤੁਸੀਂ ਇਹਨਾਂ ਦੇ ਆਂਸਰਾਂ ਦੇ ਕੌਨਸਨਾਂ ਦੇ ਆਂਸਰ ਦੇਣੇ ਨੇ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਬੱਚਿਆਂ ਦੇ ਚਿਹਰੇ ਤੇ ਕੀ ਝਲਕਦਾ ਸੀ ਬੱਚਿਆਂ ਦੇ ਚਿਹਰੇ ਤੇ ਕੀ ਝਲਕ ਝਲਕਦਾ ਸੀ ਇੱਥੇ ਉੱਤੇ ਆਪਾਂ ਨੂੰ ਦੱਸਿਆ ਹੋਇਆ ਹੈਗਾ ਆਂਸਰ ਠੀਕ ਹੈ ਜੀ ਆ ਆ ਗਿਆ ਉਹਨਾਂ ਛੋਟੇ ਬੱਚਿਆਂ ਦੇ ਚਿਹਰੇ ਚਿਹਰੇ ਭੁੱਖ ਨਾਲ ਭਰੇ ਹੋਏ ਸਨ ਜਾਨੀ ਕਿ ਭੁੱਖ ਚੋਲ ਭੁੱਖ ਝਲਦੀ ਸੀ ਝਲਕਦੀ ਸੀ ਉਹਨਾਂ ਦੇ ਚਿਹਰਿਆਂ ਉੱਤੇ ਜਾਨੀ ਕਿ ਭੁੱਖ ਇਸ ਤੋਂ ਬਾਅਦ ਹੈਗਾ ਤੁਹਾਡਾ ਨੈਕਸਟ ਕੁਐਸਚਨ ਆ ਮਾਂ ਦੀ ਕਿਰਿਆ ਦਰਸਾਉਂਦੀ ਹੈ ਮਾਂ ਦੀ ਕਿਰਿਆ ਕੀ ਦਰਸਾਉਂਦੀ ਹੈ ਉਹ ਹੈਗਾ ਹੈਗਾ ਤੁਹਾਡਾ ਜਾਨੀ ਕਿ ਇਸ ਵਿੱਚੋਂ ਕੁਝ ਕੁ ਮਰਜ਼ੀ ਲਾ ਦਿਓ ਠੀਕ ਹੈ ਜੀ ਇੱਕ ਵਾਰੀ ਤੁਸੀਂ ਪੈਰੇ ਵਿੱਚ ਲੱਭ ਕੇ ਤੁਸੀਂ ਨੇ ਲਿਖ ਦੇਣਾ ਠੀਕ ਹੈ ਜੀ ਜਿੰਨਾਂ ਜਿਹੜੇ ਨੂੰ ਪਤਾ ਲੱਗ ਗਿਆ ਨੀਚੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਕਿਹਨਾਂ ਦਾ ਆਨਸਰ ਕੀ ਹੈਗਾ ਇਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਜਿਵੇਂ ਕਿ ਤੀਜਾ ਤੀਜਾ ਕੀ ਹੈ ਮਾਂ ਹਮੇਸ਼ਾ ਦੂਜਿਆਂ ਦਾ ਖਿਆਲ ਰੱਖਦੀ ਹੈ ਹਾਂਜੀ ਬਿਲਕੁਲ ਸੱਚ ਹੈ ਤਾਂ ਇਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਚੌਥਾ ਮਾਂ-ਬਾਪ ਸਾਨੂੰ ਆਪਣੇ ਗਵਾਂਢ-ਗਵਾਂਢ ਦੇ ਨਾਲ ਵਿਚਰਨਾ ਨਹੀਂ ਸਿਖਾਉਂਦੇ ਇਹ ਗਲਤ ਹੈ ਯਾਨੀ ਕਿ ਵਿਚਰਨਾ ਸਿਖਾਉਂਦੇ ਨੇ ਕਿ ਇਹ ਗਲਤ ਹੈ ਠੀਕ ਹੈ ਜੀ ਇਸ ਨਾਲ ਤੁਹਾਡਾ ਜਿਹੜਾ ਪੇਪਰ ਇਹ ਸਮਾਪਤ ਹੋ ਰਿਹਾ ਹੈਗਾ ਕਲਾਸ 7ਵੀਂ ਦਾ ਵੈਲਕਮ ਲਾਈਫ ਦਾ ਅਤੇ ਸਵਾਗਤ ਜਿੰਦਗੀ ਦੇ ਪੇਪਰ ਮੈਂ ਉਮੀਦ ਕਰਦਾ ਕਿ ਜਿਹੜਾ ਤੁਸੀਂ ਅਸੀਂ ਮੈਂ ਤੁਹਾਨੂੰ ਪੇਪਰ ਕਰਵਾਇਆ ਤੁਸੀਂ ਨੇ ਚੰਗੀ ਤਰ੍ਹਾਂ ਪੜ੍ਹਿਆ ਹੋਊਗਾ ਐਂਡ ਤੱਕ ਆਦੇ ਤੁਸੀਂ ਆਪਣੇ ਪੇਪਰਾਂ ਵਿੱਚੋਂ ਵਧੀਆ ਮਾਰਕਸ ਯਾਨੀ ਕਿ ਗੁੱਡ ਮਾਰਕਸ ਲੈ ਕੇ ਜਾਓ ਸਾ ਆ ਲੈ ਐਜੂਕੇਟਡ ਤੁਹਾਨੂੰ ਐਜੂਕੇਸ਼ਨ ਦਈਏ ਆਪਣੇ ਚੈਨਲ ਤੇ ਠੀਕ ਹੈ ਚੈਨਲ ਬਣਾਉਣ ਦਾ ਮਕਸਦ ਇਹੀ ਹੈ ਕਿ ਤੁਹਾਡੀ ਪੇਪਰਾਂ ਦੀ ਤਿਆਰੀ ਤਿਆਰੀ ਕਰਵਾਈਏ ਕਈ ਵਿਦਿਆਰਥੀ ਹੁੰਦੇ ਨੇ ਕਿ ਉਹਨਾਂ ਨੇ ਪੇਪਰ ਪੜ੍ਹਿਆ ਨਹੀਂ ਹੁੰਦਾ ਤਾਂ ਉਹਨਾਂ ਦੇ ਲਈ ਪੇਪਰ ਵੈਰੀ ਵੈਰੀ ਇੰਪੋਰਟੈਂਟ ਹੋ ਜਾਂਦਾ ਕੋਈ ਵਿਦਿਆਰਥੀ ਆਣਾ ਕਹਵੇ ਕਿ ਇਹ ਰੀਅਲ ਪੇਪਰ ਹੈ ਫੀਕ ਪੇਪਰ ਹੈ ਤਾਂ ਤੁਹਾਨੂੰ ਦੱਸ ਦਈਏ ਆਪਾਂ ਸ਼ੁਰੂ ਤੋਂ ਦੱਸ ਦਿੰਦੇ ਹੁੰਨੇ ਆਂਗੇ ਕਿ ਪੇਪਰ ਜਿਹੜੇ ਪਉਣਿਆ ਗਿਆ ਆਪਾਂ ਇੰਪੋਰਟੈਂਟ ਪੇਪਰ ਹੁੰਦੇ ਨੇ ਤੇ ਜਿਹੜੇ ਤੁਹਾਡੇ ਟੀਚਰ ਹੁੰਦੇ ਨੇ ਉਹ ਵੀ ਇੰਪੋਰਟੈਂਟ ਹੁੰਦੇ ਨੇ ਕਈ ਵਾਰ ਜਿਹੜੇ ਪੇਪਰ ਹੁੰਦੇ ਨੇਗੇ ਇਹਨ ਹੋਗੇ ਠੀਕ ਹੈ ਜੇ ਤੁਸੀਂ ਵੀਡੀਓ ਨੂੰ ਕਰ ਦੋ ਸ਼ੇਅਰ ਠੀਕ ਹੈ ਜੀ ਅਤੇ ਹੋਰ ਪੇਪਰਾਂ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਤੁਹਾਨੂੰ ਜੇਕਰ ਤੁਹਾਨੂੰ ਇਸ ਪੇਪਰ ਦਾ ਪੀਡੀਐਫ ਚਾਹੀਦਾ ਹੈ ਨੀਚੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਇਸ ਤਰ੍ਹਾਂ ਲਿਖ ਦੇਣਾ ਕਿ ਪੀਡੀਐਫ ਤਾਂ ਉਹਨਾਂ ਵਿਦਿਆਰਥੀਆਂ ਆਪਾਂ ਪੀਡੀਐਫ ਦੇ ਦੇਮਗੇ ਠੀਕ ਹੈ ਸਟੂਡੈਂਟਸ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਅਤੇ ਆਉ ਮਿਲਦੇ ਹਾਂ ਤੇ ਨੈਕਸਟ ਵਾਰ ਤਦ ਤੱਕ ਲਈ ਧੰਨਵਾਦ